ਸਵਾਗਤ ਹੈ ਦੋਸਤੋ ਤੁਹਾਡਾ ਡੇਲੀ ਡੋਜ਼ ਟੀਵੀ ਚੈਨਲ ਦੇ ਉੱਤੇ। ਗੱਲਬਾਤ ਕਰਾਂਗੇ ਅੱਜ ਪੰਜਾਬੀ ਲੋਕ ਗਾਇਕ ਕਹਿ ਲਈਏ, ਪੰਜਾਬੀ ਕਲਾਕਾਰੀ ਦੇ ਥੰਮ ਕਹਿ ਲਈਏ, ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ, ਇੱਕ ਅਜਿਹੀ ਜੋੜੀ ਜਿਨ੍ਹਾਂ ਨੇ ਵੱਡੀਆਂ ਪੈੜਾਂ ਜਿੱਤੀਆਂ ਪੰਜਾਬੀ ਗਾਇਕੀ ਦੇ ਵਿੱਚ, ਅਤੇ ਅੱਜ ਉਹਨਾਂ ਬਾਰੇ ਗੱਲਬਾਤ ਕਰਾਂਗੇ, ਉਹਨਾਂ ਦਾ ਇੱਕ ਕਿੱਸਾ ਤੁਹਾਡੇ ਨਾਲ ਸਾਂਝਾ ਕਰਾਂਗੇ ਜੋ ਟਰੱਕ ਡਰਾਈਵਰਾਂ ਤੋਂ ਲੈ ਕੇ DSP ਨਾਲ ਤੱਕ ਜੁੜਿਆ ਹੋਇਆ ਹੈ, ਅਤੇ ਅਮਰ ਸਿੰਘ ਚਮਕੀਲਾ ਉਸ ਵਿੱਚ ਕਿਸ ਤਰ੍ਹਾਂ ਰੋਲ ਨਿਭਾਉਂਦੇ ਨੇ, ਉਹ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ। ਆਓ ਲੈ ਚੱਲਦੇ ਹਾਂ ਭਾਗ ਪੰਜਵਾਂ, ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਜੋੜੀ। ਜੋ ਸਟੋਰੀ ਤੁਹਾਨੂੰ ਮੈਂ ਦੱਸਣੀ ਚਾਹੁੰਦਾ ਹਾਂ, ਚਮਕੀਲਾ ਦੇ ਦਫ਼ਤਰ ਤੋਂ ਲੈ ਕੇ ਟਰੱਕ ਡਰਾਈਵਰ ਨਾਲ ਅਤੇ ਅਲੱਗ ਅਲੱਗ ਪ੍ਰੋਗਰਾਮਾਂ ਨਾਲ, ਦਰਦਾਰ ਸੰਧੂ ਸਦੀਕ ਨਾਲ ਜਿੱਥੇ ਜਿੱਥੇ ਪ੍ਰੋਗਰਾਮ ਲਾਏ, ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਅਤੇ ਤੁਸੀਂ ਸਾਰੀਆਂ ਯਾਦਾਂ ਨੂੰ ਧਿਆਨ ਨਾਲ ਸੁਣਨਾ। ਸੋ ਸ਼ੁਰੂਆਤ ਕਰਦੇ ਹਾਂ, ਆਓ ਚਮਕੀਲਾ ਜੀ ਦੇ ਦਫ਼ਤਰ ਤੋਂ ਸ਼ੁਰੂ ਕਰਦੇ ਹਾਂ। ਪੁਲਿਸ ਦੀ ਗੱਡੀ ਆ ਕੇ ਅਚਾਨਕ ਚਮਕੀਲੇ ਦੇ ਦਫ਼ਤਰ ਅੱਗੇ ਰੁਕ ਗਈ। ਗੱਡੀ ਵਿੱਚੋਂ ਇੱਕ DSP ਅਤੇ ਕੁਝ ਸਿਪਾਹੀ ਉਤਰ ਕੇ ਦਫ਼ਤਰ 'ਚ ਧੋਸ ਦੇਣ ਲੱਗੇ। ਹਰਜੀਤ ਗਿੱਲ ਉਸ ਦਿਨ ਦਫ਼ਤਰ ਅੱਗੇ ਹੀ ਬੈਠਾ ਸੀ। ਚਮਕੀਲਾ ਉਸ ਦਿਨ ਛੋਲੇ ਕੁਲਚਿਆਂ ਵਾਲੀ ਰੇਹੜੀ ਅੱਗੇ ਬਾਹਰ ਖੜਾ ਸੀ, ਕਿਸੇ ਨਾਲ ਗੱਲਾਂ ਕਰ ਰਿਹਾ ਸੀ। ਚਮਕੀਲੇ ਨੇ ਜਿਉਂ ਹੀ ਆਪਣੇ ਦਫ਼ਤਰ ਵਿੱਚ ਪੁਲਿਸ ਵਾਲੇ ਜਾਂਦੇ ਦੇਖੇ ਤਾਂ ਉਸਦੇ ਸਾਹ ਸੁੱਤੇ ਰਹਿ ਗਏ। ਸਡੋਲ ਸਰੀਰ ਅਤੇ ਲੰਬਾ ਕੱਦ ਹੋਣ ਦੇ ਬਾਵਜੂਦ ਵੀ ਉਹ ਸੁਭਾਅ ਦਾ ਬਹੁਤ ਡਰੂ ਸੀ। ਸ਼ਾਇਦ ਇਸ ਪਿੱਛੇ ਚਮਕੀਲੇ ਦੀ ਹੰਡਾਈ ਹੋਈ ਉਸਦੀ ਗਰੀਬੀ ਦਾ ਕਾਰਨ ਸੀ। ਇਹ ਵੀ ਇੱਕ ਹਕੀਕਤ ਸੀ ਕਿ ਚਮਕੀਲੇ ਦਾ ਗੀਤ ਸੁਣ ਕੇ ਲੋਕ ਜੋਸ਼ ਵਿੱਚ ਆ ਜਾਂਦੇ ਸਨ, ਉਹ ਆਪਣੇ ਆਪ ਨੂੰ ਦਲੇਰ ਅਤੇ ਖਾੜਕੂ ਸਮਝਣ ਲੱਗ ਜਾਂਦੇ ਸਨ। ਚਮਕੀਲੇ ਦੇ ਗੀਤਾਂ ਦੇ ਪਾਤਰ ਅਕਸਰ ਬੋਲੀ ਬਦਮਾਸ਼ ਅਤੇ ਲੜਾਕੇ ਹੋਇਆ ਕਰਦੇ ਸਨ, ਪਰ ਅਸਲ ਜ਼ਿੰਦਗੀ ਵਿੱਚ ਚਮਕੀਲਾ ਬਹੁਤ ਹੀ ਸਾਊ, ਡਰੂ ਨਿਮਾਣਾ, ਰਹਿਮ ਦਿਲ ਅਤੇ ਨਰਮ ਨੇ ਨਿਮਰ ਸੁਭਾਅ ਦਾ ਮਾਲਕ ਸੀ। ਚਮਕੀਲੇ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਸੀ, ਉਸਨੂੰ ਸਮਝ ਨਹੀਂ ਸੀ ਕਿ ਇਹ ਉਹ ਕੀ ਕਰੇ ਅਤੇ ਕੀ ਨਾ ਕਰੇ। ਦਫ਼ਤਰ 'ਚ ਪੁਲਿਸ ਦੇ ਆਉਣ ਦਾ ਕਾਰਨ ਪਤਾ ਕਰੇ ਕੁਝ ਪਲਾਂ ਦੀਆਂ ਯਕਾਤਦਾ ਬਾਅਦ ਉਸਦੇ ਮਨ ਅੰਦਰ ਇੱਕ ਆਵਾਜ਼ ਆਈ, ਤੂੰ ਕਿਹੜਾ ਕੋਈ ਗੁਨਾਹ ਕੀਤਾ ਜੋ ਪੁਲਿਸ ਨੂੰ ਦੇਖ ਕੇ ਭੱਜਦਾ ਫਿਰਦਾ ਚਮਕੀਲਾ। ਮਨ ਜਿਹਾ ਕਰੜਾ ਕਰਕੇ ਜਿਉਂ ਹੀ ਆਪਣੇ ਦਫ਼ਤਰ ਵੱਲ ਜਾਣ ਲੱਗਦਾ ਸੀ, ਉਸਨੂੰ ਯਾਦ ਆ ਗਿਆ ਕਿ 2 ਕੁ ਦਿਨ ਪਹਿਲਾਂ ਇੱਕ ਮੇਲੇ ਦੇ ਪ੍ਰੋਗਰਾਮ ਉੱਤੇ ਉਸਨੇ ਸਟੇਜ ਉੱਤੇ ਕੁਝ ਚਾਂਭਲੇ ਹੋਏ ਪੁਲਿਸੀਆਂ ਨੂੰ ਮਖੌਲ ਕੀਤੇ ਸਨ। ਚਮਕੀਲੇ ਨੂੰ ਚੌੜ ਵਿੱਚ ਆ ਕੇ ਕਰੀਆਂ ਹੋਈਆਂ ਟਿੱਚਰਾਂ ਯਾਦ ਆ ਗਈਆਂ ਸਨ। ਲੈ ਬਈ ਚਮਕੀਲਿਆ, ਹੁਣ ਤਾਂ ਪੱਕਾ ਫੈਂਟਾ ਚੜੂ। ਮਨ ਬਚਨੀ ਕਰਦਾ ਹੋਇਆ ਚਮਕੀਲਾ ਆਪਣੇ ਦਫ਼ਤਰ ਤੋਂ ਉਲਟ ਦਿਸ਼ਾ ਵਿੱਚ ਮੁੜਨ ਹੀ ਲੱਗਾ ਸੀ ਕਿ ਅੰਦਰੋਂ ਹਰਜੀਤ ਗਿੱਲ ਨੇ ਪਿੱਛੋਂ ਹਾਕ ਮਾਰ ਦਿੱਤੀ, ਉਹ ਸੁੱਖ ਹੈ। ਚਮਕੀਲੇ ਦੇ ਕੰਬਦੇ ਹੋਏ ਬੁੱਲਾਂ ਵਿੱਚ ਮਸਾ ਹੀ ਨਿਕਲਿਆ ਸੀ, ਹਾਂਜੀ ਉਹ ਪ੍ਰੋਗਰਾਮ ਬੁੱਕ ਕਰਨ ਆਏ ਹੋਏ ਹਾਂ, ਗਿੱਲ ਨੇ ਦੱਸਿਆ। ਮਸਾ ਚਮਕੀਲੇ ਦੀ ਜਾਨ ਵਿੱਚ ਜਾਣ ਆਈ ਸੀ ਵੀ ਦਫ਼ਤਰ ਵਿੱਚ ਗਿਆ ਅਤੇ DSP ਅਤੇ ਬਾਕੀ ਸਾਰੇ ਉਸਦੇ ਨਾਲ ਆਏ ਪੁਲਸੀਏ ਉਸਨੂੰ ਜੱਫੀ ਪਾ ਕੇ ਮਿਲੇ ਸਨ। ਉਹਨਾਂ ਦੇ ਬੈਠਣ ਦਾ ਇਸ਼ਾਰਾ ਕਰਕੇ ਚਮਕੀਲਾ ਹੱਥ ਜੋੜ ਕੇ ਨਿਮਰਤਾ ਨਾਲ ਖੜਾ ਹੋ ਗਿਆ ਸੀ ਅਤੇ ਕਿਹਾ, ਹੁਕਮ ਕਰੋ ਸਰਕਾਰ, ਪ੍ਰੋਗਰਾਮ ਬੁੱਕ ਕਰਨਾ ਹੈ। ਯਾਰ ਤੇਰਾ ਬੰਦਾ ਕਹਿੰਦਾ ਪ੍ਰੋਗਰਾਮ ਪਹਿਲਾਂ ਹੀ ਬੋਕਾ, ਉਸ ਦਿਨ ਦਾ ਪ੍ਰੋਗਰਾਮ ਮੈਂ ਦੇਖ ਲੈਂਦਾ। ਗਿੱਲ ਕਿੱਦਣ ਦਾ ਪ੍ਰੋਗਰਾਮ ਕਿੱਥੇ ਹੈ? ਚਮਕੀਲਾ ਆਪਣੀ ਡੈਰੀ ਖੋਲ੍ਹ ਕੇ ਦੇਖਣ ਲੱਗ ਗਿਆ। ਚਮਕੀਲਾ ਡੈਰੀ ਖੋਲ੍ਹਦਿਆਂ ਹੋਇਆ ਬੋਲਦਾ, ਭੰਬਰਪੁਰ ਦਾ ਪ੍ਰੋਗਰਾਮ ਹੈ ਜੀ ਇਹਨਾਂ ਦਾ 31 ਨੂੰ।
31 ਤੋਂ 88 ਨੂੰ ਗਿੱਲ ਡੈਰੀ ਚੋਂ ਬੋਲਦਾ ਹੋਇਆ ਡੈਰੀ ਚੋਂ ਦਿਖਾਉਣ ਲੱਗ ਪਿਆ ਸੀ। ਚਮਕੀਲਾ 4 ਦਿਨ ਦੇ 7 ਪੰਨੇ ਨੂੰ ਗੌਰ ਨਾਲ ਦੇਖਣ ਲੱਗ ਪਿਆ ਸੀ। ਦੇਖਦਿਆਂ ਹੋਇਆ ਸੋਚ ਰਿਹਾ ਸੀ ਕਿ ਸਾਹਮਣੇ ਬੈਠੇ ਹੋਏ ਪੁਲਿਸ ਵਾਲਿਆਂ ਨੂੰ ਉਹ ਕੀ ਜਵਾਬ ਦੇਣਾ ਹੈ, ਕਿਉਂਕਿ ਪੁਲਿਸ ਵਾਲਿਆਂ ਦਾ ਅਖਾੜਾ ਲੱਗਣਾ ਮੁਸ਼ਕਲ ਸੀ। ਕੁਝ ਦੇਰ ਨਾਲ ਆਇਆ ਹੌਲਦਾਰ ਪਰਮਿੰਦਰ ਸਿੰਘ ਧਾਲੀਵਾਲ ਬੋਲਿਆ, ਹਾਂ ਬਾਈ ਜੀ ਦੱਸ ਫਿਰ ਕੁਝ, ਮੈਂ ਤੁਹਾਡੇ ਤੋਂ ਮਾਫ਼ੀ ਮੰਗਦਾ, ਮੈਂ ਤੁਹਾਡਾ ਅਖਾੜਾ ਨਹੀਂ ਲਾ ਸਕਦਾ। ਮੇਰਾ ਇੱਕ ਭਾਈ ਹੈ ਗੁਰ ਭਾਈ ਪਾਰਸ, ਉਹ ਬਾਈ ਬਹੁਤ ਵਧੀਆ ਗਾਉਂਦਾ, ਮੈਂ ਆਪਣੀ ਜਗ੍ਹਾ ਤੇ ਪਾਰਸ ਨੂੰ ਭੇਜ ਦਿੰਨਾ, ਉਹ ਅਖਾੜਾ ਲਗਾ ਦਊਗਾ। ਚਮਕੀਲਾ ਗਾਣਾ ਗਾਣਾ ਤੂੰ ਹੀ ਆ, ਭਾਵੇਂ ਤੈਨੂੰ ਘੜੀਸ ਕੇ ਨਾ ਲੈ ਕੇ ਜਾਣਾ ਪਵੇ, DSP ਰੋਹ ਵਿੱਚ ਬੋਲਿਆ ਸੀ। ਉਹ ਤਾਂ ਜੀ ਤੋਰ ਕੇ ਲੈ ਜਾਵੋਗੇ ਤਾਂ ਮੈਂ ਚੱਲਾ ਜਾਊਂਗਾ, ਪਰ ਤੁਸੀਂ ਮੇਰਾ ਸਰੀਰ ਲੈ ਜਾਵੋਗੇ, ਮੇਰੇ ਅੰਦਰਲੇ ਕਲਾਕਾਰ ਨੂੰ ਨਹੀਂ, ਮੈਂ ਖੁੱਲ ਕੇ ਗਾ ਨਹੀਂ ਸਕੂੰਗਾ, ਮੇਰੇ ਮਨ ਅੰਦਰ ਕਿਸੇ ਹੋਰ ਦਾ ਬੁੱਕ ਕੀਤਾ ਹੋਇਆ ਪ੍ਰੋਗਰਾਮ ਛੱਡਣ ਦਾ ਦੁੱਖ ਹੋਵੇਗਾ, ਦਿਮਾਗ ਉੱਤੇ ਬੋਝ ਰੱਖ ਕੇ ਮੈਂ ਕਿਵੇਂ ਗਾਊਂਗਾ। ਵਿਚਾਰਾ ਜਿਹਾ ਬਣ ਕੇ ਬੈਠੇ ਚਮਕੀਲੇ ਨੂੰ ਦੇਖ ਕੇ DSP ਢਿੱਲਾ ਪੈ ਗਿਆ ਸੀ। ਦੇਖ ਚਮਕੀਲਾ, ਦੇਖ ਚਮਕੀਲਿਆ, ਮੈਂ ਤੇਰਾ ਬਹੁਤ ਵੱਡਾ ਫੈਨ ਆ, ਬੜੀ ਆਸ ਲੈ ਕੇ ਤੇਰੇ ਕੋਲ ਆਇਆ ਸੀ, ਸਾਡਾ ਦਿਲ ਨਾ ਤੋੜੀ, ਜਿਵੇਂ ਮਰਜ਼ੀ ਹੇਠਾਂ ਉੱਤੇ ਕਰਕੇ ਸਾਡਾ ਪ੍ਰੋਗਰਾਮ ਬੁੱਕ ਕਰ। ਕਿਲੇ ਦੇ ਚਿਹਰੇ ਉੱਤੋਂ ਡਰ ਉੱਡ ਗਿਆ ਸੀ ਤੇ ਰੌਣਕ ਆ ਗਈ ਸੀ। ਜੇ ਇਹ ਗੱਲ ਆ ਤਾਂ ਇੱਕ ਕੰਮ ਕਰ ਦਿਓ, 2:30 ਸਾਡਾ ਪਹਿਲਾ ਪ੍ਰੋਗਰਾਮ ਮੁੱਕਣਾ ਤੇ ਉੱਥੋਂ ਸਾਨੂੰ ਤੁਹਾਡੇ ਕੋਲੋਂ ਆਉਣ ਨੂੰ 3 ਘੰਟੇ ਲੱਗਣੇ ਆ, ਤੁਸੀਂ ਆਪਣਾ ਪ੍ਰੋਗਰਾਮ 5 ਵਜੇ ਤੋਂ ਬਾਅਦ ਰੱਖ ਲਿਓ, ਫਿਰ ਮੈਂ ਬੂੰਦੀਆਂ ਉਡਾ ਦਊਂਗਾ, ਮੈਂ 6 ਵਜੇ ਆ ਜੀ, DSP ਝੱਟ ਬੋਲਿਆ। ਚਮਕੀਲੇ ਨੇ ਪ੍ਰੋਗਰਾਮ ਬੁੱਕ ਕਰਕੇ ਉਹਨਾਂ ਲਈ ਚਾਹ ਪਾਣੀ ਮੰਗਵਾ ਲਿਆ ਸੀ। ਜਦੋਂ ਉੱਠ ਕੇ ਬਾਹਰ ਜਾਣ ਲੱਗੇ ਸਨ ਤਾਂ ਇਹ ਚਮਕੀਲਾ ਉਹਨਾਂ ਨੂੰ ਸਤਿਕਾਰ ਵਜੋਂ ਉਹਨਾਂ ਨੂੰ ਉਹਨਾਂ ਦੀ ਗੱਡੀ ਤੱਕ ਛੱਡਣ ਲਈ ਚਲਾ ਗਿਆ ਸੀ। ਗੱਡੀ ਵਿੱਚ ਬੈਠ ਕੇ DSP ਚਮਕੀਲੇ ਨਾਲ ਹੱਥ ਮਿਲਾਉਣ ਲੱਗਾ। ਚਮਕੀਲਾ, ਚਮਕੀਲੇ ਤੇਰੇ ਨਾਲ ਇੱਕ ਹੋਰ ਗੱਲ ਕਰਨੀ ਆ, ਤੂੰ ਦੋਹਰਾ ਭਰਜਾਈਆਂ ਜੇਠਾ ਜੀਜਾ ਸਾਲੀਆਂ ਤੇ ਟਰੱਕ ਡਰਾਈਵਰਾਂ ਦੇ ਗੀਤ ਵਧੇਰੇ ਗਾਏ ਨੇ, ਪਰ ਪੁਲਿਸ ਵਾਲਿਆਂ ਦਾ ਇੱਕ ਗੀਤ ਨਹੀਂ ਗਾਇਆ, ਉਹ ਡਰਦੇ ਨੇ ਨਹੀਂ ਗਾਇਆ ਜੀ, ਕਿਤੇ ਚੱਕ ਕੇ ਕੁੱਟਿਓ ਨਾ ਮੈਨੂੰ। ਵੈਸੇ ਇੱਕ ਨਵੇਂ ਗੀਤ ਵਿੱਚ ਮੈਂ ਕਿਹਾ ਸੀ, ਡਰਾਈਵਰਾਂ ਤੇ ਗਾਉਣ ਵਾਲੇ ਸਾਰੇ ਇੱਕੋ ਕੋਠੀ ਦੇ ਤਾਲੇ। ਇੱਕ ਗੱਲ ਦੱਸਾਂ, ਚਮਕੀਲੇ ਨੂੰ ਸਭ ਤੋਂ ਵੱਧ ਟਰੱਕਾਂ ਵਾਲੇ ਸੁਣਿਆ ਕਰਦੇ ਸਨ। ਉਹਨਾਂ ਦਿਨਾਂ ਵਿੱਚ ਚਮਕੀਲੇ ਦੇ ਗੀਤ ਗੱਡੀ ਤੇ ਲਿਖਾ ਦਾ ਤੇਰਾ ਨਾਮ ਮਿੱਤਰਾ ਨਵਾਂ ਨਵਾਂ ਆਇਆ ਸੀ। ਇੱਕ ਟਰੱਕ ਡਰਾਈਵਰ ਚਮਕੀਲੇ ਦੇ ਦਫ਼ਤਰ ਵਿੱਚ ਆ ਗਿਆ ਸੀ। ਚਮਕੀਲਾ ਖੁਸ਼ਕਿਸਮਤੀ ਨਾਲ ਉਦੋਂ ਦਫ਼ਤਰ ਵਿੱਚ ਸੀ। ਚਮਕੀਲੇ ਨੂੰ ਮਿਲ ਕੇ ਉਹ ਬਹੁਤ ਖੁਸ਼ ਹੋਇਆ ਤੇ 100 ਦੇ ਕੇ ਕਹਿਣ ਲੱਗਾ, ਮੇਰੇ ਵੱਲੋਂ ਇਹ ਤੁਹਾਡੇ ਲਈ ਗਿਫਟ ਹੈ ਜੀ। ਚਮਕੀਲੇ ਨੇ 100 ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਉਸਨੂੰ ਕੁਲਚੇ ਛੋਲੇ ਖਵਾ ਕੇ ਜਦੋਂ ਰੁਖਸਤ ਕਰਨ ਲੱਗਿਆ ਤਾਂ ਉਹ ਚਮਕੀਲੇ ਨੂੰ ਕੁਝ ਦਿਖਾਉਣ ਲਈ ਬਾਹਰ ਲੈ ਗਿਆ ਸੀ। ਟਰੱਕ ਦੇ ਪਿੱਛੇ ਉਹ ਅਮਰਜੋਤ ਦਾ ਨਾਮ ਉਹ ਸੱਜਰਾ ਲਿਖਵਾ ਕੇ ਲਿਆਇਆ ਸੀ। ਅਮਰਜੋਤ ਨੂੰ ਦੱਸ ਦਿਓ, ਉਹ ਗਾਉਂਦੀ ਸੀ ਨਾ, ਮੰਨਾ ਤਾਂ ਮਿੱਤਰਾ ਗੱਡੀ ਤੇ ਲਿਖਾਲਾ ਮੇਰਾ ਨਾਮ ਮਿੱਤਰਾ, ਹੁਣ ਅਸੀਂ ਪਿੰਡ ਤੋਂ ਪੱਕਾ ਹੀ ਉਸਦਾ ਨਾਮ ਲਿਖਵਾ ਦਿੱਤਾ। ਚਮਕੀਲਾ ਦੇਖ ਕੇ ਤਾੜੀ ਮਾਰ ਕੇ ਹੱਸ ਪਿਆ ਸੀ। ਪਤੰਦਰਾ ਸੁਣਿਆ ਤਾਂ ਮੈਂ ਤੇਰਾ ਦੇ ਦਿਆਂ, ਪਰ ਆ ਟਰੱਕ ਤੇ ਮਾਲਾ ਬੜੀਆਂ ਟੰਗੀਆਂ ਹੋਈਆਂ ਨੇ, ਬਸ ਜੀ ਕੰਮ ਨਹੀਂ ਚੱਲਦਾ ਸੀ, ਝਿੜੀ ਵਾਲੇ ਬਾਬਿਆਂ ਨੇ ਕਿਹਾ ਸੀ ਕਿ ਮਾਲਾ ਫੇਰਿਆ ਕਰ, ਤੇਰਾ ਕੰਮ ਲੋਟ ਹੋ ਜਾਊ।
ਡਰਾਈਵਰ ਨੇ ਆਪਣੇ ਭੋਲੇਪਨ ਨਾਲ ਉਸਨੂੰ ਦੱਸਿਆ ਸੀ। ਇੱਕ ਮਾਲਾ ਚਮਕੀਲੇ ਨੂੰ ਵੀ ਦੇ ਦਿੱਤੀ ਸੀ। ਚਮਕੀਲੇ ਨੇ ਉਹ ਮਾਲਾ ਆਪਣੀ ਕਾਰ ਵਿੱਚ ਟੰਗ ਦਿੱਤੀ ਸੀ। ਚਮਕੀਲਾ ਆਪਣੀ ਸਲੇਟੀ ਰੰਗ ਦੀ ਡੋਮੈਸਟਿਕ ਕਾਰ ਨੂੰ ਬਹੁਤ ਹੀ ਭਾਗਾਂ ਵਾਲੀ ਸਮਝਦਾ ਸੀ ਤੇ 786 ਨੂੰ ਪੀਰਾਂ ਦੀ ਬਖਸ਼ਿਸ਼ ਵਾਲਾ ਹਿੱਸਾ ਹਰਿਆਣੇ ਦੇ ਮੰਤਰੀ ਬੰਸੀ ਲਾਲ ਕੋਲ ਉਹ ਕਾਰ ਹੁੰਦੀ ਸੀ। ਪ੍ਰੇਮ ਟੈਕਸੀ ਵਾਲੇ ਤੋਂ ਪਹਿਲੇ ਪੈਰ ਚਮਕੀਲਾ ਇਹ ਕਾਰ ਅਖਾੜਾ ਲਾਉਣ ਤੋਂ ਪਹਿਲਾਂ ਕਿਰਾਏ ਤੇ ਲੈ ਕੇ ਜਾਂਦਾ ਸੀ। ਇੱਕ ਵਾਰ ਇਹੀ ਕਾਰ ਕਿਤੇ ਹੋਰ ਗਈ ਹੋਈ ਸੀ। ਪ੍ਰੇਮ ਨੇ ਫੀਲਡ ਕਾਰ ਨੂੰ ਭੇਜ ਦਿੱਤਾ ਸੀ। ਉਦਣ ਚਮਕੀਲੇ ਹੋਣਾ ਦਾ ਪ੍ਰੋਗਰਾਮ ਕੈਂਸਲ ਹੋ ਗਿਆ ਸੀ। ਰਸਤੇ ਵਿੱਚ ਖੱਜਲ ਖੁਆਰੀ ਕਾਫੀ ਹੋਈ ਸੀ। ਅਚਾਨਕ ਅਮਰਜੋਤ ਨੇ ਸਹਿ ਸੁਭਾਅ ਹੀ ਕਹਿ ਦਿੱਤਾ ਸੀ, ਇਹ ਲੋਹਾ ਆਪਣੇ ਲਈ ਮਾੜਾ, ਦੂਜੀ ਕਾਰ 1786 ਆਪਣੇ ਲਈ ਭਾਗਾਂ ਵਾਲੀ ਸੀ। ਚਮਕੀਲਾ ਵਹਿਮੀ ਬਹੁਤ ਸੀ। ਉਹਦੇ ਅਮਰਜੋਤ ਦੀ ਕਹੀ ਹੋਈ ਗੱਲ ਮਨ ਵਿੱਚ ਬੈਠ ਗਈ ਸੀ। ਅਗਲੀ ਵਾਰ ਉਹੀ ਕਾਰ ਉਹ ਕਿਰਾਏ 'ਤੇ ਲੈ ਕੇ ਗਿਆ ਸੀ। ਚਮਕੀਲੇ ਨੇ ਪ੍ਰੇਮ ਨੂੰ ਮੋੜੀ ਨਹੀਂ ਸੀ, 29,000 ਰੁਪਇਆ ਦੇ ਕੇ ਉਹ ਖਰੀਦ ਹੀ ਲਈ ਸੀ। ਵੈਸੇ ਚਮਕੀਲੇ ਨੂੰ ਫੀਲਡ ਕਾਰ ਬਹੁਤ ਪਸੰਦ ਸੀ। ਆਪਣੇ ਗੀਤਾਂ ਵਿੱਚ ਵੀ ਉਸਨੇ ਫੀਲਡ ਕਾਰ ਦਾ ਜ਼ਿਕਰ ਕੀਤਾ ਹੋਇਆ। ਰੱਬਾ ਵਿੱਚ ਟਰੱਕਾਂ ਦੇ ਮੈਂ ਫੀਲਡ ਵਰਗੀ ਅੜਗੀ ਜਾਂ ਘਰ ਸਾਲੀ ਦੇ ਫਿਰਦਾ ਜੀਜਾ ਗੀਤ ਦੀਆਂ ਲਾਈਨਾਂ ਬਦਲ ਕੇ ਉਹ ਅਖਾੜਿਆਂ ਵਿੱਚ ਗਾ ਦਿੰਦਾ ਸੀ। ਤੇਰਾ ਮੁੰਡਾ ਲੱਭੇ ਮਾਸੀ ਨੂੰ, ਤੇਰੀ ਫੀਲਡ ਕਾਰ ਦੀ ਚਾਸੀ ਨੂੰ, ਆਦਿ ਇਸ ਤਰ੍ਹਾਂ ਦੇ ਗੀਤ ਅਖਾੜਿਆਂ ਦੇ ਵਿੱਚ ਅਮਰ ਸਿੰਘ ਚਮਕੀਲਾ ਹੋਰਾਂ ਨੇ ਗਾਏ। ਸੋ ਇਹ ਸਨ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਜਦੋਂ ਅਖਾੜਿਆਂ ਦਾ ਵਿੱਚ ਜਾਂਦੇ ਸੀਗੇ, ਜਾਂ ਉਹਨਾਂ ਨਾਲ ਜੁੜਿਆ ਹੋਇਆ ਕਿੱਸਾ, ਜਾਂ ਟਰੱਕ ਡਰਾਈਵਰਾਂ ਨਾਲ ਵੀ ਜੁੜਿਆ ਹੋਇਆ ਆ। ਕਿਤੇ ਨਾ ਕਿਤੇ ਹਰ ਵਰਗ ਕਹਿ ਸਕਦੇ ਆ ਕਿ ਹਰ ਵਰਗ ਅਮਰ ਸਿੰਘ ਚਮਕੀਲੇ ਨੂੰ ਉਸ ਸਮੇਂ 35 ਸਾਲ ਪਹਿਲਾਂ ਵੀ ਚਾਹੁੰਦਾ ਸੀਗਾ। ਪਹਿਲਾਂ ਚਮਕੀਲੇ ਤੋਂ ਵਿਆਹ ਦੀ ਤਰੀਕ ਚਮਕੀਲੇ ਤੋਂ ਪੁੱਛ ਕੇ ਰੱਖੀ ਜਾਂਦੀ ਸੀ, ਤੇ ਜੇ ਕੋਈ ਚਮਕੀਲੇ ਦੀ ਤਰੀਕ ਨਹੀਂ ਮਿਲਦੀ ਸੀਗੀ ਅਖਾੜਾ ਲਗਾਉਣ ਦੀ ਤਾਂ ਵਿਆਹ ਕੈਂਸਲ ਕਰ ਦਿੱਤੇ ਜਾਂਦੇ ਸੀ। ਇੱਥੋਂ ਤੱਕ ਚਮਕੀਲੇ ਦੀ ਫਰਮਾਇਸ਼ ਸੀਗੀ। ਉਹਨਾਂ ਨਾਲ ਜੁੜੇ ਕਿੱਸੇ ਤੁਹਾਡੇ ਨਾਲ ਵੱਖ ਵੱਖ ਸਾਂਝੇ ਕਰਦੇ ਰਹਾਂਗੇ। ਹੁਣ ਲਈ ਦਿਓ ਇਜਾਜ਼ਤ, ਇਸੇ ਤਰ੍ਹਾਂ ਮਿਲਦੇ ਆ। ਧੰਨਵਾਦ।